ਬਣਾ ਦਿੱਤੇ ਪਰ ਇਹਨਾਂ ਨੇ ਚੈਂਬਰ ਕੀਤੇ ਨਹੀਂ ਛੱਡੇ ਜਿਹਨਾਂ 'ਤੇ ਪਾਣੀ ਨਿਕਾਸੀ ਹੋਵੇ। ਸੀਵਰੇਜ ਓਨਲੀ 4 ਗੱਲੀਆਂ ਡਿੱਗੀਆਂ ਬਣੀਆਂ ਵੀ ਬਸ ਜੀ, ਅੱਗੇ ਵੀ ਨਹੀਂ ਕੁਛ ਕਰਿਆ, ਹੁਣ ਵੀ ਨਹੀਂ ਕੁਛ ਕਰਿਆ। ਲੋਕਾਂ ਨੂੰ ਸਹਿਣ ਕਰਨ ਵਾਸਤੇ ਅੱਧਾ ਅੱਧਾ ਘੰਟਾ ਬਿਠਾਇਆ ਜਾਂਦਾ ਸੀਗਾ। ਬੱਚੇ ਦਿਹਾੜੀ ਕਰਦੇ ਆ, ਉਹਨੇ ਹਜੇ ਤੱਕ ਲਾਰੀ ਲਾਏ ਨੇ, ਫੁੱਲ ਲਾਰੇ ਲਾਏ ਨੇ, ਕੋਈ ਵੀ ਚੀਜ਼ ਇਹਦਾ ਪਹਿਲਾਂ ਉਹਨਾਂ ਨੇ ਕੁਛ ਕਰਾਇਆ ਨਹੀਂ। एमसी चोणां दा विगल वज चुक्या है। रवायती पार्टियां वालों अपने अपने कैंडीडेट मैदान विच उतार दिते गए हन। उत्थे ही सरदार सरबजीत सिंह गोगी कांग्रेस पार्टी वार्ड नंबर 26 तो मैदान विच उतरे। मीडिया नाल गल करदे होए सरदार सरबजीत सिंह वालों कहा गया कि साढ़े वार्ड विच बहुत सारियां समस्यावां हन, जिवें लाइटां, पानी, गंदगी, सीवरेज आदि। मैं एमसी इलैक्शन जीत के पहल तौर पर इन्हों का हल करांगा। उन्हां वालों कहा गया कि साढ़े घर के दरवाजे लोगों की सेवा लई हमेशा ही खुले रहणगे। वार्ड विच डिस्पेंसरी, पार्क अते ग्राउंड का प्रबंध किया जाएगा। वार्ड विच हर तरह की सहूलत का प्रबंध किया जाएगा। उत्थे ही वार्ड के लोगों वालों कहा गया कि सरबजीत सिंह बहुत ईमानदार व्यक्ति हैं, यह बहुत वड्डे समाज सेवी भी हैं जो कि लोड़वंद लोगों की वध चढ़ के मदद करते हैं। इसलिए साड़ी वोट अते सपोर्ट सरदार सरबजीत सिंह नू है। सिंह जी, तुसीं क्या एमसी मैदान दे उत्तरे एमसी चोण लड़ रहे हो, किहड़े वार्ड च उत्तरे हो? 26 नंबर वार्ड, 26 नंबर कांग्रेस दा। की कारण है तुसीं एमसी चोण लड़ रहे हो? मैं 26 नंबर वार्ड दे विकास लई। जी जी जी, तुसीं विकास दी गल कर रहे हो, किहड़ा किहड़ा विकास है जो 26 नंबर वार्ड दा होण वाला है? तकरीबन सारी पे जी, पानी, सीवरेज जी। सीवरेज बना दिते पर इन्होंने चैंबर किते नहीं छड़े जिन्हें पानी निकासी हो। सीवरेज ओनली 4 गलियां डिग्गियां बनिया हुई, ठीक है, जिहड़े तो हाउस तो ही जो उहदे विच जा सकदा पाइप राही, तो गली का पानी या कुछ होर डस्ट वगैरह उहदा कोई हल नहीं हैगा। ਕੋਈ ਲੈਟਿੰਗ ਦਾ ਕੋਈ ਹੋਰ ਆਪਣਾ ਕੋਈ ਨਹੀਂ ਜੀ, ਬਸ ਥੈਂਕ ਯੂ। ਪਹਿਲਾਂ ਵੀ ਐਮਸੀ ਇੱਕੋ ਜੰਜਤ ਚੁੱਕੇ ਨੇ, ਬਣ ਚੁੱਕੇ ਨੇ, ਉਹਨਾਂ ਨੂੰ ਨਾਰੇ ਲਾਏ ਗਏ ਜੇ ਕੰਮ ਦੇ ਕੰਮ ਤੱਥਾਂ ਦਾ ਅਤੇ ਐਮਸੀ ਬਣੇ ਨੇ, ਕੀ ਕਹਿਣਾ ਚਾਹੋਗੇ? ਉਹਨੇ ਹਜੇ ਤੱਕ ਲਾਰੀ ਲਾਏ ਨੇ, ਫੁੱਲ ਲਾਰੇ ਲਾਏ ਨੇ ਜੀ, ਕੋਈ ਵੀ ਚੀਜ਼ ਇਹਦਾ ਪਹਿਲਾਂ ਉਹਨਾਂ ਨੇ ਕੁਛ ਕਰਾਇਆ ਨਹੀਂ। ਇਹਦਾ ਕੇਵਲ ਸਿੰਘ ਢਿੱਲੋਂ ਨੇ ਕਰਾਏ ਨੇ ਜਦੋਂ ਦੇ ਉਹ ਆਏ ਨੇ। ਜੀ ਜੀ ਜੀ, ਉਹਨਾਂ ਦੀ ਸਰਕਾਰ ਦੇ ਹੇਠ ਹੋਇਆ ਜੀ। ਤੁਸੀਂ ਢਿੱਲੋਂ ਸਾਹਿਬ ਦੇ ਬਹੁਤ ਨੇੜੇ ਮੰਨੇ ਜਾਣ ਵਾਲੇ ਹੋ, ਕਿਹੜੇ ਕਿਹੜੇ ਤੁਸੀਂ ਤੁਹਾਡੇ ਵੱਲੋਂ ਪਹਿਲਾਂ ਐਮਸੀ ਤੋਂ ਪਹਿਲੇ ਜੋ ਵਿਕਾਸ ਕਰਵਾਏ ਗਏ? ਪਹਿਲਾਂ ਜਿਹੜੀਆਂ ਗਲੀਆਂ ਕੱਚੀਆਂ ਸੀਗੀਆਂ ਜੀ, ਪੱਕੀਆਂ ਕਰਵਾਈਆਂ ਜੀ। ਵਾਟਰ ਬਾਕਸ ਦਾ ਕਨੈਕਸ਼ਨ ਲਿੱਤਾ ਹੈ ਉਹਨਾਂ ਨੇ ਨਵਾਂ, ਜਿਹਨਾਂ ਜਿਹੜਾ ਚਾਲੂ ਹੋਣ ਵਾਲਾ ਹੀ ਹੈ ਜੀ। ਕੁਝ ਹੋਰ ਕੰਮ ਨੇ, ਕੁਝ ਪਏ ਨੇ ਜੀ ਪੈਂਡਿੰਗ, ਉਹਨਾਂ ਦੇ ਟੈਂਡਰ ਹੋਏ ਪਏ ਨੇ, ਜਿਨ੍ਹਾਂ ਦੇ ਆਧਾਰ 'ਤੇ ਅਸੀਂ ਇਹ ਕੰਮ ਸ਼ੁਰੂ ਕਰਵਾਵਾਂਗੇ ਜੀ। ਜੇ ਤੁਸੀਂ ਐਮ ਸੀ ਇਲੈਕਸ਼ਨ ਜਿੱਤੇ ਜਾਂਦੇ, ਤੁਹਾਡੇ ਪਹਿਲ ਦੱਸਦੇ ਕੀ ਮੋਟਿਵ ਹੋਣਗੇ, ਕੀ ਤੁਹਾਡੇ ਕੰਮ ਕਰ ਜਾਣਗੇ ਵਾਰਡ ਪ੍ਰਤੀ? ਜੋ ਵੀ ਹੋਇਆ ਬਸਤੀ ਦੇ ਵਿੱਚ, ਜਿਹੜਾ ਵੀ 26 ਨੰਬਰ ਵਾਰਡ ਦੇ ਵਿੱਚ ਹੋਇਆ, ਉਹਨਾਂ ਨਾਲ ਤੁਰਾਂਗੇ, ਜਿਨ੍ਹਾਂ ਦੇ ਕੰਮ ਕਰਾਉਣ ਵਾਲੇ ਹੋਏ ਉਹ ਸਾਰਿਆਂ ਦੇ ਸਮਰਥਨ ਨਾਲ ਕਰਵਾਵਾਂਗੇ। ਦੀਵਾਲ ਜ਼ਿਲ੍ਹਾ ਮੀਤ ਪ੍ਰਧਾਨ ਯੂਥ ਕਾਂਗਰਸ ਜੀ। ਸਰਬਜੀਤ ਸਿੰਘ ਗੋਗੀ ਐਮ ਸੀ ਦੀ ਇਲੈਕਸ਼ਨ ਲੜ ਰਹੇ ਨੇ, ਚੋਣ ਮਤਾਂ ਦੇ ਉੱਤਰੇ ਪਏ ਨੇ, ਤੁਸੀਂ ਉਹਨਾਂ ਸਾਥ ਦੇ ਰਹੇ ਹੋ, ਕੰਪੇਨ ਦੇ ਵਿੱਚ ਦੇ ਰਹੇ ਹੋ, ਘਰ ਘਰ ਜਾ ਕੇ ਵੋਟ ਮੰਗ ਰਹੇ ਹੋ, ਕੀ ਕਾਰਨ ਹੈ ਜੀ? ਫਸਟ ਟਾਈਮ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਇਲੈਕਸ਼ਨ ਲੜਨ ਦੀ ਤਿਆਰ ਨਹੀਂ ਸੀਗੇ ਵੀ ਕੌਮ ਪਾਰਟੀ ਵੱਲੋਂ, ਫਿਰ ਇਹਨਾਂ ਨੂੰ ਦੱਸਿਆ ਗਿਆ ਕਿ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਵੱਲੋਂ ਜਿਹੜੇ ਇਹ ਕੰਮ ਨੇ ਸਾਰੇ ਤਕਰੀਬਨ ਹੋ ਚੁੱਕੇ ਨੇ, ਸਿਰਫ ਇੱਕ ਰਨਿੰਗ ਦੇ ਵਿੱਚ ਹੈ, ਔਰ ਸੈਕਿੰਡ ਜੋ ਪੇਜ ਮੇਰੇ ਕੋਲ ਹੈਗਾ ਗਾ, ਇਹ ਕੰਮ ਟੈਂਡਰ ਪਾਸ ਹੋ ਚੁੱਕੇ ਨੇ। 17 ਤਰੀਕ ਨੂੰ ਤੋਂ ਬਾਅਦ ਇਹ ਕੰਮ ਸ਼ੁਰੂ ਕਰਵਾ ਦਾਂਗੇ, ਔਰ ਨਾਲ ਰਲ ਕੇ ਕੰਮ ਸ਼ੁਰੂ ਕਰਾਵਾਂਗੇ ਅਤੇ ਨਾਲ ਪੂਰੇ ਵੀ ਕਰਵਾਵਾਂਗੇ ਜੀ। ਜੀ ਜੀ, ਇਲੈਕਸ਼ਨ ਕੋਈ ਵੀ ਹੋਵੇ, ਐਨੀ ਵੀ ਇਲੈਕਸ਼ਨ, ਚਾਹੇ ਸਰਕਾਰ ਵੱਲੋਂ ਐਮ ਪੀ ਹੋਵੇ ਚਾਹੇ ਐਮ ਐਲ ਏ, ਸਰਕਾਰ ਕੋਈ ਵੀ ਇਲੈਕਸ਼ਨ ਕਰਵਾਈ ਜਾਂਦੀ ਹੈ, ਉਹਦੇ ਵਿੱਚ ਯੂਥ ਦਾ ਅਹਿਮ ਰੋਲ ਹੁੰਦਾ। ਜਿੱਧਰ ਯੂਥ ਹੋ ਜੇ ਉੱਧਰ ਜਿੱਤ ਲਗਭਗ ਪੱਕੀ ਹੁੰਦੀ ਹੈ ਨੈਚੁਰਲੀ। ਤੁਸੀਂ ਯੂਥ ਹੋ, ਕੀ ਕਹਿਣਾ ਚਾਹੋਗੇ? ਅਸੀਂ ਇਹ ਕਹਿਣਾ ਚਾਹਾਂਗੇ ਜੀ, ਜਿਹੜਾ ਪਹਿਲਾਂ ਐਮ ਸੀ ਸੀਗੇ ਉਹਦੇ ਵੱਲੋਂ ਲੋਕਾਂ ਦੇ ਵਿੱਚ ਇੰਨਾ ਰੋਸ ਦੇਖਿਆ ਜਾ ਰਿਹਾ ਗਾ, ਤੁਸੀਂ ਖੁਦ ਜਾ ਕੇ ਘਰ ਡੋਰ ਬਾਏ ਡੋਰ ਚੈੱਕ ਕਰ ਸਕਦੇ ਹੋਗੇ ਕਿ ਲੋਕ ਕਿੰਨੇ ਪਰੇਸ਼ਾਨ ਸੀਗੇ, ਕਿਉਂਕਿ ਪਹਿਲੀ ਗੱਲ ਤਾਂ ਉਹਨਾਂ ਦੇ ਗੇਟ ਹੀ ਨਹੀਂ ਖੁੱਲਦੇ ਸੀਗੇ, ਲੋਕਾਂ ਨੂੰ ਸਹਿਣ ਕਰਨ ਵਾਸਤੇ ਅੱਧਾ ਅੱਧਾ ਘੰਟਾ ਬਿਠਾਇਆ ਜਾਂਦਾ ਸੀਗਾ। ਔਰ ਇਸ ਭਰਾ ਨੂੰ ਅਸੀਂ ਇੱਕੋ ਗੱਲ ਕਹੀ ਆ, ਤੈਨੂੰ ਕੱਲ੍ਹ ਕੋਈ ਬੰਦਾ ਫੋਨ ਵੀ ਕਰਦਾ ਕਿ ਮੈਨੂੰ ਸਹਿਣ ਚਾਹੀਦਾ, ਕਿਸੇ ਨੂੰ ਘਰ ਨਹੀਂ ਬੁਲਾਉਣਾ, ਤੂੰ ਖੁਦ ਜਾ ਕੇ ਸਹਿਣ ਕਰਕੇ ਆਉਂਦੇ ਹਾਂ, ਔਰ ਅਸੀਂ ਤੇਰੇ ਨਾਲ ਹਾਂ, 24 ਘੰਟੇ ਟੀਮ ਇਹਨੂੰ ਸਪੋਰਟ ਕਰ ਰਹੀ ਹੈ ਔਰ ਐਂਡ ਤੱਕ ਕਰਦੇ ਰਹਾਂਗੇ, ਚੱਲਦੇ ਰਹਾਂਗੇ। ਯੂਥ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਜੀ, ਪੂਰਾ ਫੁੱਲ ਸਪੋਰਟ ਆ ਜੀ। ਜੀ, ਕੀ ਕਹਿਣਾ ਚਾਹੋਗੇ ਤੁਸੀਂ ਵੀ ਯੂਥ ਹੋ ਜੀ? ਹਾਂਜੀ ਹਾਂਜੀ, ਬਹੁਤ ਸਪੋਰਟ ਆਈ ਸਾਡੀ ਜੀ ਐਮ ਸੀ ਇਲੈਕਸ਼ਨ, ਤੁਸੀਂ ਸਪੋਰਟ ਕਰ ਰਹੇ ਹੋ, ਯੂਥ ਵੱਲੋਂ ਕਰ ਰਹੇ ਹੋ, ਕੀ ਤੁਸੀਂ ਕਹਿਣਾ ਚਾਹੋਗੇ ਸਪੋਰਟਰ ਔਰ ਵੋਟਰਾਂ ਨੂੰ?
असं कहना चाहवागे जी वीर का वो तो वह साथ देन तो अपने रेंदे काम जो 26 नंबर वार्ड के सारे पूरे हो सकन। सरबजे सिंह चोन लड़ रहे ने की कहना चाहोगे? ये तो चोन लड़न तैयार ही नहीं सी, असी पिछले तजर्बों तो देख के भी एक आम बंदा जरा आम छोटे परिवार चो उठा हो ज़्यादा कम देगा, इस करके असं इस चोन च उतारिया। ये तो नहीं लड़न तैयार से, कांग्रेस पार्टी ने टिकट दिता इनू पहला किन्ने साल तो तैयार कर रहे हैं असं उतना भी ये सारे काम जोड़े पहला भी गिनाए ने सारे काम पहला ढिलों साहब ने कराए ने तो हूँ बाकी कामों के हम टेंडर होए हुए हैं। क्यों जहाँ परिवार है, क्यों जहाँ सुभा है, क्यों जहाँ इन्हों का मिलवर्तन है? सुभा तो जी हीरा बंदा जमा है जी, तो मिठ बोल रहा है, नरम है सुभा, नरम है और काम तकड़ा है, तुर फिर भी सकता है, यंग है जाऊगा। एमसी बनने तो पहला सारा सुभा वधिया होंदा है, एमसी बनने तो बाद सारे फोर हो जाते हैं कितने उस तरह नहीं? एक नहीं मेरी गारंटी है, यह नहीं हो सकता है जी जी। सारा सारा इन बड़ा प्यारा मुंडा है, सारा महला प्यार करता, तो मेरा ख्याल है भी यह होर तरक्या करूगा। अभी कहने हौली हौली इन असं MLA बना देंगे जी, करीब एमसी लोगों की मित्र खरा उतरू जी, पूरा उतरूगा जी। सरबजीत सिंह चोन लड़ रहे हैं एमसी की, सपोर्ट कर रहे हो? हाँ जी पूरी जी। की कारण है जी? कारण जी मुंडा बहुत भला मानसा जी, हर एक गरीब की मदद पहला भी करता सी, हुण चोणां तों बाद तां इहने करनी करनी आ, सानूं पूरी उम्मीद है। जिहड़े दूजे कैंडिडेट खड़े ने ऑटो वार्ड दे खड़े ने, ते अपने वार्ड दे ने की कहना चाहोगे? बस जी अगे भी नहीं कुछ करिया, हुण भी नहीं कुछ करिया जी उन्होंने, बस राशन कार्ड आ जी साडे कोले, उह भी साडे गरीबां दे कट्टे होए, बच्चे दिहाड़ी करदे आ, ते देखो जी साडे कोले जगह भी 3 विस्से आ, ते कोई इहदे विच नहीं उह हैगा सानूं जी। ਤੁਹਾਨੂੰ ਉਮੀਦ ਹੈ ਕਿ ਤੁਹਾਡੇ ਜੋ ਵਾਅਦੇ ਕਰੇ ਤੋਂ ਖਰੇ ਉਤਰਨਗੇ? ਹਾਂਜੀ ਹੁਣ ਸਾਨੂੰ ਉਮੀਦ ਆ ਜੀ, ਸਾਡਾ ਭਾਈਚਾਰਾ ਗਾ, ਸਾਨੂੰ ਉਮੀਦ ਹੈ ਤੋਂ। ਕਾਂਗਰਸ ਪਾਰਟੀ ਜਿੰਦਾਬਾਦ, ਕਾਂਗਰਸ ਪਾਰਟੀ ਜਿੰਦਾਬਾਦ, ਸਰਬਜੀਤ ਸਿੰਘ ਗੋਗੀ ਜਿੰਦਾਬਾਦ, ਸਰਬਜੀਤ ਸਿੰਘ ਗੋਗੀ ਜਿੰਦਾਬਾਦ, ਜਿੱਤੂਗਾ ਬਈ ਜਿੱਤੂਗਾ, ਪੰਜੇ ਵਾਲਾ ਜਿੱਤੂਗਾ, ਜਿੱਤੂਗਾ ਬਈ ਜਿੱਤੂਗਾ, ਪੰਜੇ ਵਾਲਾ ਜਿੱਤੂਗਾ, ਕਾਂਗਰਸ ਪਾਰਟੀ ਜਿੰਦਾਬਾਦ, ਕਾਂਗਰਸ ਪਾਰਟੀ ਜਿੰਦਾਬਾਦ, ਕਾਂਗਰਸ ਪਾਰਟੀ ਜਿੰਦਾਬਾਦ। रिपोर्टर अमनदीप सिंह, द न्यूज़ पंजाब, चंडीगढ़।